ਤੁਹਾਨੂੰ ਯਾਦ ਹੋਣਾ ਉਸ ਦਿਨ ਤੁਸੀਂ ਮੈਨੂੰ ਸਵਾਲ ਪੁੱਛਿਆ ਸੀ ਵੀ ਪਰਮਿੰਦਰ ਢੀਂਡਸਾ ਕਹਿੰਦਾ ਵੀ ਬਣਨਾ ਨੀ ਸਹੀ ਗੱਲ ਸੀ ਉਹਨਾਂ ਨੂੰ ਪਤਾ ਸੀ ਅਸੀਂ ਬਣਨ ਦੇਣਾ ਨੀ ਇਹ ਨਹੀਂ ਚਾਹੁੰਦੇ ਕਿ ਸਾਡੇ ਇਲਾਕੇ ਦੇ ਲੋਕ ਪੜ੍ਹ ਲਿਖ ਜਾਣ ਸਾਡੇ ਇਲਾਕੇ ਦੇ ਬੱਚੇ ਪੜ੍ਹ ਲਿਖ ਜਾਣ ਲੋਕ ਇਨ ਢੀਂਡਸਾ ਪਰਿਵਾਰ ਨੂੰ ਬੁਰੀ ਤਰ੍ਹਾਂ ਹਰਾਇਆ ਸੰਗਰੂਰ ਦੇ ਲੋਕਾਂ ਨੇ ਉਹ ਹਾਰ ਦਾ ਬਦਲਾ ਲੈਣਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਜਵਾਕਾਂ ਨੂੰ ਪੜ੍ਹ ਨਹੀਂ ਦੇਣਾ ਬਹੁਤ ਸਾਰੇ ਪਿੰਡਾਂ ਦੇ ਬਾਹਰ ਬੈਠੇ ਨੇ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੇ ਧਰਨਾ ਲਾਇਆ ਕਿ ਜੀ ਕਾਲਜ ਬਣ ਲੈਣ ਦੋ ਰੋਕੋ ਨਾ ਧਰਨਾ ਤੁਸੀਂ ਰਿਵਰਸ ਤਰੀਕੇ ਨਾਲ ਦੇਖਦੇ ਹੋਵੋਗੇ ਜੀ ਕੰਮ ਕਰਾ ਦਿਓ ਸਾਡਾ ਇੱਥੇ ਲੋਕ ਕਹਿੰਦੇ ਕੰਮ ਹੋ ਲੈਣ ਦਿਓ ਜੀ ਕੌਣ ਜ਼ਿੰਮੇਵਾਰ ਹੈ ਢੀਂਡਸਾ ਪਰਿਵਾਰ ਮੈਂ ਨਾਮ ਲੈ ਕੇ ਕਹਿ ਰਿਹਾ ਕਿਉਂਕਿ ਉਹਨਾਂ ਨੂੰ ਇਹ ਹੈ ਕਿ ਮਸਤੂਆਣਾ ਸਾਹਿਬ ਦੇ ਵਿੱਚ ਸਾਡਾ ਕਬਜ਼ਾ ਹੈ ਜੇ ਕੋਈ ਹੋਰ ਇੱਥੇ ਆ ਗਿਆ ਇੱਥੇ ਤਾਂ ਰੁਜ਼ਗਾਰ ਮਿਲੂਗਾ ਲੋਕਾਂ ਨੂੰ ਇੱਥੇ ਡਾਕਟਰਾਂ ਦੇ ਰਹਿਣ ਵਾਸਤੇ ਅਕੋਮੋਡੇਸ਼ਨ ਸੰਗਰੂਰ ਇੰਨਾ ਡਿਵੈਲਪ ਹੋ ਜਾਊਗਾ ਇੱਥੇ 300 ਬੈੱਡ ਦਾ ਹਸਪੀਟਲ ਨਾਲ ਬਣਾਉਣਾ ਪੈਂਦਾ ਕਲੋਜ਼ ਹੈ ਆਪਣਾ ਜਿਹੜਾ ਸਿਵਲ ਹਸਪੀਟਲ ਹੈ ਉਹ ਅਪਗ੍ਰੇਡ ਹੋ ਜਾਊਗਾ ਤੇ ਵੈਸੇ ਤਾਂ ਢੀਂਡਸਾ ਸਾਹਿਬ ਕਹਿੰਦੇ ਨੇ ਮੈਂ ਅਸੂਲਾਂ ਕਰਕੇ ਅਲੱਗ ਹੋਇਆ ਅਕਾਲੀ ਦਲ ਤੋਂ ਇਹੋ ਜਿਹੇ ਮੌਕੇ ਤੇ ਅਸੂਲ ਇਕੱਠੇ ਹੋ ਗਏ ਫਿਰ ਹੁਣ ਇਕੱਠੇ ਨੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਇੱਕ ਪਾਸੇ ਤਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਆਪਣਾ ਨਾਤਾ ਮੈਂ ਕੋਰਟ ਚ ਗਿਆ ਮੈਂ ਕਿਤੇ ਉਹਨੂੰ ਮਿਸ ਕੀਤਾ ਕਿਸੇ ਵੀ ਤਰ੍ਹਾਂ ਅੱਜ ਵੀ ਮੈਂ ਕਹਿਣਾ ਵੀ ਅਸੀਂ ਹੱਕ ਚ ਮੈਡੀਕਲ ਕਾਲਜ ਬਣੇ ਅਸੀਂ ਪਹਿਲਾਂ ਆਫਰ ਵੀ ਕੀਤੀ ਸੀ ਲੇਕਿਨ ਉਹਨਾਂ ਨੇ ਉਹਨਾਂ ਲੋਕਾਂ ਦੇ ਜ਼ਮੀਨ ਕਰਾ ਲਈ ਜਿਹੜੇ ਬਾਕੀ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦੇ ਆ ਉਹ 100 ਏਕੜ ਜ਼ਮੀਨ ਹੈ ਜਿੱਥੇ 25 ਦੇ ਕੇ ਉਹ 125 ਏਕੜ 'ਚੋਂ 100 ਆਪਦਾ ਕਬਜ਼ਾ ਕਰਨਾ ਚਾਹੁੰਦੇ ਆ ਜਿਹੜਾ ਅਸੀਂ ਨਹੀਂ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਤੁਸੀਂ ਵੀ ਚਾਹੁੰਦੇ ਹੋ ਕਿ ਭਲਾ ਹੋਵੇ ਐਸਜੀਪੀਸੀ ਵੀ ਇਹੀ ਗੱਲ ਕਹਿ ਰਹੀ ਹੈ ਸਰਕਾਰ ਵੀ ਇਹ ਗੱਲ ਕਹਿ ਰਹੀ ਹੈ ਫਿਰ ਇਕੱਠੇ ਬੈਠ ਕੇ ਕੋਈ ਮਸਲਾ ਹੱਲ ਕਿਉਂ ਨਹੀਂ ਹੁੰਦਾ ਉਹ ਪਿੰਡਾਂ ਦੇ ਲੋਕਾਂ ਦਾ ਇਕੱਠੇ ਇਹ ਮੇਰੀ ਗੱਲ ਸੁਣੋ ਮੈਂ ਉਹਦਾ ਜਵਾਬ ਦਿੰਦਾ ਜੀ ਅਸੀਂ ਤਾਂ ਕਹਿੰਦੇ ਇਕੱਠੇ ਤਾਂ ਚੀਫ ਮਿਨਿਸਟਰ ਕਰ ਸਕਦਾ ਇੱਥੇ 20 ਵਾਰੀ ਮੀਟਿੰਗ ਕੀਤੀ 20 ਵਾਰੀ ਟੈਲੀਫੋਨ ਕੀਤਾ ਨਹੀਂ ਕਰਦਾ ਉਹ ਬਾਖੂਬੀ ਜਵਾਬ ਦਿੱਤਾ ਪਰ ਉਹਨੂੰ ਥੋੜਾ ਜਿਹਾ ਹੋਮਵਰਕ ਜਿਹੜੇ ਜਰਨਲਿਸਟ ਸਤਿਕਾਰਯੋਗ ਕਰਦੇ ਹੈ ਉਹਨਾਂ ਨੂੰ ਅਸ਼ਵਨੀ ਜੀ ਦੀ ਸਟੇਟਮੈਂਟ ਨੂੰ